ਨਹੀਂ ਬੇਟਾ ਬੇਟਾ ਕੱਲ ਅਸੀਂ ਲੇਖ ਕੀਤਾ ਸੀ ਪ੍ਰਦੂਸ਼ਣ ਦੀ ਸਮੱਸਿਆ। ਅੱਜ ਅਸੀਂ ਕਰਾਂਗੇ ਬੇਬੇ ਜੀ ਵਾਰਤਕ ਲੇਖ। PT3 ਦੇ ਵਿੱਚ ਬੇਟਾ ਅਸੀਂ ਚੈਪਟਰ ਰੀਡ ਵੀ ਕਰ ਚੁੱਕੇ ਹਾਂ ਤੇ 1 ਮਾਰਕਸ ਕੁਐਸਚਨ ਵੀ ਕਰ ਲਿਆ। ਅੱਜ ਬੇਟਾ ਅਸੀਂ ਇਹਦੇ ਲੌਂਗ ਕੁਐਸਚਨ ਕਰਨੇ ਆ। ਇਹਦੇ 1 ਮਾਰਕਸ ਕੁਐਸਚਨ ਆਉਂਦੇ ਆ ਤੇ ਲੌਂਗ ਕੁਐਸਚਨ। 1 ਮਾਰਕਸ ਕੁਐਸਚਨ ਤੇ ਰੀਡਿੰਗ ਸਾਡੀ PT3 ਵਿੱਚ ਹੋ ਚੁੱਕੀ ਸੀ। ਅੱਜ ਬੇਟਾ ਅਸੀਂ ਇਹਦੇ ਲੌਂਗ ਕੁਐਸਚਨ ਕਰਨੇ ਆ। ਪਹਿਲਾਂ ਤਾਂ ਇੱਕ ਵਾਰ ਚੈਪਟਰ ਨੂੰ ਰਿਵਾਈਜ਼ ਕਰ ਲੈਂਦੇ ਆ, ਉਸ ਤੋਂ ਬਾਅਦ ਅਸੀਂ ਬੇਟਾ ਇਹਦੇ ਲੌਂਗ ਕੁਐਸਚਨ ਕਰਾਂਗੇ। ਠੀਕ ਹੈ। ਬੇਬੇ ਜੀ ਵਾਰਤਕ ਲੇਖ ਕਿਹਦਾ ਲਿਖਿਆ ਹੋਇਆ? ਹਰਪਾਲ ਸਿੰਘ ਪੁੰਨੂ ਦਾ। ਮੇਨ ਮੇਨ ਪੁਆਇੰਟ ਬੇਟਾ ਜ਼ਰੂਰ ਨੋਟ ਕਰਿਆ ਕਰੋ, ਕਿਹੜੇ ਕਿਹੜੇ ਚੈਪਟਰ ਦੇ ਵਿੱਚ ਕਰੈਕਟਰ ਹੈ। ਠੀਕ ਹੈ। ਉਹਨਾਂ ਕਰੈਕਟਰਸ ਦਾ, ਪਾਤਰਾਂ ਦਾ ਕੀ ਕੀ ਰੋਲ ਹੈ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਪਤਾ ਹੋਣਗੇ ਕਿ ਵਾਰਤਕ ਲੇਖ ਦੇ ਵਿੱਚ ਕਿਹੜੇ ਕਰੈਕਟਰ ਹੈ, ਉਹਨਾਂ ਦਾ ਕੀ ਕੀ ਰੋਲ ਹੈ, ਠੀਕ ਹੈ, ਤੁਹਾਨੂੰ ਲੌਂਗ ਕੁਐਸਚਨ ਕਰਨੇ ਬੜਾ ਈਜ਼ੀ ਰਹਿੰਦੇ ਆ ਤੇ 1 ਮਾਰਕਸ ਕੁਐਸਚਨ ਵੀ। ਠੀਕ ਹੈ। ਅਗਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕਰੈਕਟਰ ਕਿਹੜੇ ਕਿਹੜੇ ਹੈ, ਠੀਕ ਹੈ, ਉਹਨਾਂ ਦਾ ਕੀ ਰੋਲ ਹੈ ਇਕਾਂਗੀ ਦੇ ਵਿੱਚ, ਠੀਕ ਹੈ, ਤੁਹਾਨੂੰ ਲੌਂਗ ਕੁਐਸਚਨ ਕਰਨੇ ਮੁਸ਼ਕਲ ਲੱਗਦੇ ਆ। ਠੀਕ ਹੈ। ਧਿਆਨ ਨਾਲ ਸਮਝੋ ਕਿਹੜੇ ਕਿਹੜੇ ਕਰੈਕਟਰ ਹੈ ਤੇ ਉਹਨਾਂ ਦਾ ਕੀ ਕੀ ਰੋਲ ਹੈ। ਇਹਨੂੰ ਆਪਣੀ ਰਫ ਨੋਟਬੁੱਕ ਤੇ ਜ਼ਰੂਰ ਬੇਟਾ ਮੇਨ ਮੇਨ ਪੁਆਇੰਟਸ ਨੂੰ ਨੋਟ ਕਰਿਆ ਕਰੋ। ਠੀਕ ਹੈ। ਵਾਰਤਕ ਲੇਖ ਕਿਹਦਾ ਲਿਖਿਆ ਹੋਇਆ? ਹਰਪਾਲ ਸਿੰਘ ਪੰਨੂ ਦਾ। ਠੀਕ ਹੈ। ਰਾਈਟਰ ਦੀ ਨੇਮ ਵੀ ਆਉਂਦਾ ਹੁੰਦਾ ਹੈ ਇਸ ਵਾਰਤਕ ਲੇਖ ਦੇ ਵਿੱਚ। ਠੀਕ ਹੈ। ਬੇਬੇ ਜੀ ਮਤਲਬ ਮਾਂ, ਬੇਬੇ ਜੀ ਦਾ ਮਤਲਬ ਮਾਂ। ਜਿਸ ਤਰ੍ਹਾਂ ਬੇਟਾ ਹਰ ਮਾਂ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਉਹਦੀ ਹਰ ਖੁਸ਼ੀ ਦਾ ਖਿਆਲ ਰੱਖਦੀ ਹੈ, ਜਦੋਂ ਬੇਟਾ ਕੋਈ ਮੁਸੀਬਤ ਆ ਜਾਵੇ, ਠੀਕ ਹੈ, ਹਰ ਬੱਚੇ ਦੀ ਮਾਂ ਉਹਦੀ ਹਰ, ਠੀਕ ਹੈ, ਦੁੱਖ ਤਕਲੀਫ ਨੂੰ ਦੂਰ ਕਰਨ ਦੇ ਲਈ, ਠੀਕ ਹੈ, ਪੂਰੀ ਕੋਸ਼ਿਸ਼ ਕਰਦੀ ਹੈ। ਆ ਮੁਸੀਬਤ ਸਹਾਰ ਕੇ ਆਪਣੇ ਬੱਚੇ ਨੂੰ ਹਰ ਖੁਸ਼ੀ ਹਰ ਸੁੱਖ ਦਿੰਦੀ ਹੈ। ਇਸ ਵਾਰਤਕ ਲੇਖ ਦੇ ਵਿੱਚ ਵੀ ਲੇਖਕ ਦੀ ਬੇਬੇ ਬੜੀ ਸਿਆਣੀ ਤੇ ਸੂਝਵਾਨ ਔਰਤ ਸੀ ਤੇ ਉਹ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਖਿਆਲ ਰੱਖਦੀ ਸੀ। ਚਾਹੇ ਬੇਟਾ ਉਹਦੀ ਆਰਥਿਕ ਸਥਿਤੀ, ਇਕਨੋਮਿਕਲ ਕੰਡੀਸ਼ਨ ਵੀਕ ਸੀ, ਕਮਜ਼ੋਰ ਸੀ, ਪਰ ਫਿਰ ਵੀ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਖਿਆਲ ਰੱਖਦੀ ਸੀ। ਲੇਖਕ ਦੇ ਮਾਮੇ ਯਾਨੀ ਕਿ ਉਹਨੇ ਦੇ ਬੇਬੇ ਦੇ ਭਰਾ ਅੱਛੇ ਵਾਹੀਕਾਰ ਸਨ, ਚੰਗੇ ਵਾਹੀਕਾਰ ਸਨ, ਜ਼ਮੀਨ ਜਾਇਦਾਦ ਦੇ ਮਾਲਕ ਸਨ। ਤੇ ਜਦੋਂ ਲੇਖਕ ਦੀ ਮਾਂ ਨੂੰ ਲੋੜ ਪੈਂਦੀ ਤਾਂ ਉਹ ਆਪਣੇ ਭਰਾਵਾਂ ਤੋਂ ਮਦਦ ਮੰਗਦੀ ਸੀ ਤੇ ਉਹਦੇ ਭਰਾ ਵੀ ਬਹੁਤ ਚੰਗੇ ਇਨਸਾਨ ਸਨ ਤੇ ਉਹਨਾਂ ਦੀ ਮਦਦ ਜ਼ਰੂਰ ਕਰਦੇ। ਇੱਕ ਵਾਰ ਬੇਟਾ ਬਹੁਤ ਜ਼ਿਆਦਾ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਗਈ ਤੇ ਲੇਖਕ ਦੀ ਮਾਂ ਨੇ, ਬੇਬੇ ਨੇ ਲੇਖਕ ਨੂੰ ਕਿੱਥੇ ਭੇਜ ਦਿੱਤਾ? ਆਪਣੇ ਭਰਾਵਾਂ ਦੇ ਘਰ, ਨਿੱਕੀ ਲੇਖਕ ਦੇ ਨਾਨਕੇ ਭੇਜ ਦਿੱਤਾ, ਜਿੱਥੇ ਉਹ ਪੜ੍ਹਿਆ ਲਿਖਿਆ ਤੇ ਇੱਕ ਚੰਗਾ ਅਤੇ ਨੇਕ ਇਨਸਾਨ ਤੇ ਵੱਡਾ ਅਫਸਰ ਬਣਿਆ। ਇਸ ਵਾਰਤਕ ਲੇਖ ਦੇ ਵਿੱਚ ਲੇਖਕ ਨੇ ਸ਼ੁਰੂ ਤੋਂ ਦੱਸਿਆ ਕਿ ਲੇਖਕ ਨੂੰ ਬੇਟਾ ਆਪਣੇ 4-5 ਸਾਲ ਦਾ, ਜਦੋਂ 4 ਤੇ 5 ਸਾਲ ਦਾ ਸੀ, ਉਸ ਤੋਂ ਪਹਿਲਾਂ ਦੀ ਉਮਰ ਨੀ, 4-5 ਸਾਲ ਤੱਕ ਦੀ ਉਮਰ ਤੋਂ ਉਹਨੂੰ ਆਪਣਾ ਬਚਪਨ ਸਾਰਾ ਯਾਦ ਸੀ ਕਿ ਬਚਪਨ ਵਿੱਚ ਕਿਸ ਤਰ੍ਹਾਂ ਉਹਦੀ ਮਾਂ ਨੂੰ ਇੰਨਾ ਪਿਆਰ ਕਰਦੀ ਸੀ। ਜਦੋਂ ਉਹਦੀ ਮਾਂ ਬੇਟਾ ਕਿਤੇ ਜਾਂਦੀ, ਖੂਹੀ ਤੇ ਪਾਣੀ ਭਰਨ ਜਾਂਦੀ, ਤਾਂ ਲੇਖਕ, ਠੀਕ ਹੈ, ਆਪਣੀ ਮਾਂ ਦੀ ਕੰਨੀ, ਕਮੀਜ਼ ਦਾ ਕੰਨੀ ਹੁੰਦੀ ਨਾ, ਠੀਕ ਹੈ, ਆਪਣੀ ਸ਼ਰਟ ਦੀ, ਲੇਖਕ ਦੀ ਕੰਨੀ ਫੜ ਕੇ ਜਾਂਦਾ ਅਤੇ ਕਦੀ ਲੱਤਾਂ ਦੇ ਨਾਲ ਚਿੰਬੜ ਜਾਂਦਾ, ਜਿਸ ਤਰ੍ਹਾਂ ਬੱਚੇ ਕਰਦੇ ਨਾ ਲੱਤਾਂ ਦੇ ਨਾਲ ਅਟਕ ਜਾਂਦੇ। ਬੇਟਾ ਜਦੋਂ 4-5 ਸਾਲ ਦਾ ਸੀ ਤਾਂ ਉਹਨੂੰ ਆਪਣਾ ਬਚਪਨ ਸਾਰਾ ਯਾਦ ਸੀ ਕਿ ਜਦੋਂ ਉਹਦੀ ਮਾਂ ਖੂਹੀ ਤੇ, ਖੂਹੀ ਮਤਲਬ ਖੂਹ ਤੇ, ਵੈਲ ਤੇ ਪਾਣੀ ਭਰਨ ਜਾਂਦੀ ਤੇ ਲੇਖਕ ਵੀ ਆਪਣੀ ਮਾਂ ਦੀ ਕੰਨੀ, ਕਮੀਜ਼ ਦੀ, ਠੀਕ ਹੈ, ਕਮੀਜ਼ ਦੀ ਕੰਨੀ ਹੁੰਦੀ ਨਾ, ਠੀਕ ਹੈ, ਫੜ ਕੇ ਜਾਂਦਾ। ਤੇ ਕਈ ਵਾਰ ਤੁਸੀਂ ਵੀ ਬੇਟਾ ਇਸ ਤਰ੍ਹਾਂ ਕੀਤਾ ਹੋਏਗਾ ਕਿ ਜਦੋਂ ਛੋਟੇ ਹੁੰਦੇ ਤੁਸੀਂ ਯਾਦ ਕਰੋ ਕਿ ਜਦੋਂ ਮਾਂ ਕਿਚਨ ਦੇ ਵਿੱਚ ਜਾਂ ਕੋਈ ਕੰਮ ਕਰਦੀ ਹੈ ਲੱਤਾਂ ਨਾਲ ਅਟਕ ਜਾਂਦੇ ਹੋਵੋਗੇ, ਠੀਕ ਹੈ, ਉਸੇ ਤਰ੍ਹਾਂ ਲੇਖਕ ਕੀ ਸੀ, ਆਪਣੀ ਮਾਂ ਦੀਆਂ ਲੱਤਾਂ ਦੇ ਵਿੱਚ ਅਟਕ ਜਾਂਦਾ ਕਿ ਉਹਨੂੰ ਚੱਕ ਲਵੇ, ਠੀਕ ਹੈ, ਭਾਵ ਕਿ ਇਸ ਤਰ੍ਹਾਂ ਉਹਦੀ ਮਾਂ ਜਿਹੜਾ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਦੁਲਾਰ ਕਰਦੀ ਸੀ, ਤੇ ਲੇਖਕ ਵੀ ਆਪਣੀ ਮਾਂ ਦੇ ਨਾਲ ਬੇਟਾ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। ਲੇਖਕ ਆਪਣੀ ਮਾਂ ਦੇ ਜਦੋਂ ਲੱਤਾਂ ਤੇ ਅਟਕਦਾ, ਕਦੀ ਡਿੱਗਦਾ, ਕਦੀ ਉੱਠਦਾ, ਭਾਵ ਕਿ ਬਹੁਤ ਜ਼ਿਆਦਾ ਖੁਸ਼ ਹੁੰਦਾ। ਤੇ ਲੇਖਕ ਦੀ ਮਾਂ ਬੇਟਾ ਜਦੋਂ ਬੇਬੇ ਜਦੋਂ ਬੇਬੇ ਉਹਨਾਂ ਦੀ ਘਰ ਹੁੰਦੀ ਤਾਂ ਉਹਨੂੰ ਹਰ ਦਿਨ ਬੇਟਾ ਤਿਉਹਾਰ ਦੇ ਵਾਂਗ ਲੱਗਦਾ ਹੁੰਦਾ ਨਾ। ਬੇਟਾ ਜਦੋਂ ਸਾਡੀ ਮਦਰ ਘਰ ਹੋਵੇ ਤਾਂ ਸਾਨੂੰ ਹਰ ਖੁਸ਼ੀ ਮਿਲਦੀ ਹੈ। ਕਈ ਵਾਰ ਤੁਸੀਂ ਸਕੂਲੋਂ ਘਰ ਜਾਓ ਤੁਹਾਨੂੰ ਤੁਹਾਡੀ ਮਾਂ ਨਾ ਮਿਲੇ, ਖਾਸ ਤੌਰ ਤੇ ਜਦੋਂ ਛੋਟੇ ਸੀ ਤੁਸੀਂ ਯਾਦ ਕਰੋ, ਠੀਕ ਹੈ, ਜਦੋਂ ਮਦਰ ਘਰ ਨਹੀਂ ਹੁੰਦੀ ਸੀ ਤੁਹਾਨੂੰ ਜਿਹੜਾ ਕਿ ਕੋਈ ਜਿਹੜਾ ਕਿ ਸਭ ਤੋਂ ਪਹਿਲਾਂ ਭੱਜੇ ਬੱਜੇ ਤੁਸੀਂ ਕੀ ਕਹਿੰਦੇ ਹੋ ਕਿ ਨਹੀਂ ਨਹੀਂ ਅਸੀਂ ਮੰਮਾ ਨੂੰ ਮਿਲਣਾ ਹੁੰਦਾ ਨਾ। ਛੋਟੇ ਹੁੰਦੇ ਸਭ ਤੋਂ ਪਹਿਲਾਂ ਬੱਚਾ ਕਿਹਨੂੰ ਮਿਲਦਾ? ਆਪਣੀ ਮਾਂ ਨੂੰ। ਇਸੇ ਤਰ੍ਹਾਂ ਲੇਖਕ ਜਦੋਂ ਵੀ ਉਹਨਾਂ ਦੀ ਮਾਂ ਘਰ ਹੁੰਦੀ ਤੁਹਾਨੂੰ ਹਰ ਦਿਨ ਕਿਹਦੇ ਵਾਂਗ ਲੱਗਦਾ ਸੀ? ਹਰ ਦਿਨ ਜਿਹੜਾ ਕਿ ਇਹ ਤਿਉਹਾਰ ਦੇ ਵਾਂਗ ਲੱਗਦਾ। ਲੇਖਕ ਦੀ ਮਾਂ ਜਦੋਂ ਕਿੰਨੇ ਸਾਲ ਦੀ ਉਮਰ ਤੱਕ ਬਚਪਨ ਯਾਦ ਹੈ? 4-5 ਸਾਲ ਦੀ। ਤੇ ਲੇਖਕ ਦੀ ਮਾਂ ਨੇ ਲੇਖਕ ਨੂੰ ਕੀ ਕਿਹਾ?
चाबी किया है, की किया है चाबी, ते अपने आप नूं घर दा की किया है जिंदरा किया है। ते लेखक दी मां जदों बेटा 16 साल दी सी, 16 ईयर दी सी, ता उदों लेखक दी मां बेटा व्याही आई सी। किन्ने साल दी उम्र दे विच, वन मास क्वेश्चन आया सी, व्याही आई सी किन्ने साल दी उम्र जदों मैरिज होई सी, 16 ईयर दी उम्र दे विच उहदी मैरिज होई सी। ਉਹ ਬੜੀ ਸਿਆਣੀ ਤੇ ਸੂਝਵਾਨ ਸੀ ਤੇ ਲੇਖਕ ਦੀ ਮਾਂ ਆਪਣੇ ਆਪ ਨੂੰ ਬੇਬੀ ਕੀ ਕਹਿੰਦੀ ਸੀ, ਘਰ ਦਾ ਜਿੰਦਰਾ, ਤੇ ਆਪਣੇ ਬੱਚਿਆਂ ਨੂੰ ਕੀ ਕਹਿੰਦੀ ਸੀ, ਲੇਖਕ ਨੂੰ ਚਾਬੀਆਂ। ਠੀਕ ਹੈ, ਉਹ ਕਹਿੰਦੀ ਸੀ ਕਿ ਜਿਸ ਤਰ੍ਹਾਂ, ਠੀਕ ਹੈ, ਜਿੰਦਰਾ ਚਾਬੀ, ਠੀਕ ਹੈ, ਕਿੰਨਾ ਖੁੱਲਦਾ ਹੈ ਜਿੰਦਰਾ, ਚਾਬੀ ਨਾਲ ਖੁੱਲਦਾ ਨਾ, ਉਸੇ ਤਰ੍ਹਾਂ ਜਦੋਂ ਉਹਦੇ ਬੱਚੇ ਉਹਦੇ ਕੋਲ ਹੋਣਗੇ ਤਾਂ ਹੀ ਉਹਨੂੰ ਜਿਹੜੇ ਕੀ ਹੈ ਖੁਸ਼ੀ ਮਿਲੇਗੀ, ਉਹ ਦਿਲੋਂ ਖੁਸ਼ ਹੋਏਗੀ। ਜਦ ਤੱਕ ਉਹਨਾਂ ਦੇ ਬੱਚੇ, ਮਾਂ ਦੇ ਬੱਚੇ ਘਰ ਨਹੀਂ ਹੁੰਦੇ, ਮਾਂ ਨੂੰ ਉਨੀ ਖੁਸ਼ੀ ਨਹੀਂ ਮਿਲਦੀ। ਤੇ ਲੇਖਕ ਦੀ ਮਾਂ ਬੇਟਾ ਜਦੋਂ ਵੀ ਬੋਲਦੀ ਕਿਹੜਾ ਅਲੰਕਾਰ ਵਰਤਦੀ ਸੀ, ਉਪਮਾ। ਠੀਕ ਹੈ, ਉਪਮਾ ਅਲੰਕਾਰ ਦੀ ਜਿਹੜੀ ਕੀ ਹੈ ਕੰਪੈਰੀਜ਼ਨ ਕਰਦੀ ਸੀ, ਉਪਮਾ ਅਲੰਕਾਰ ਦੀ ਜਿਹੜੀ ਵਰਤੋਂ ਕਰਦੀ ਸੀ। ਲੇਖਕ ਦੇ ਜਿਹੜਾ ਮਾਮੇ ਸੀ ਬੇਟਾ, ਉਹ ਬੜੇ ਚੰਗੇ ਵਾਹੀਕਾਰ ਸਨ। ਉਹਨਾਂ ਕੋਲ ਕਿੰਨੀ ਜ਼ਮੀਨ ਸੀ, 2 ਭਰਾ ਸਨ, 50 ਏਕੜ, 50 ਏਕੜ ਜ਼ਮੀਨ ਦੇ ਮਾਲਕ ਸਨ, ਤੇ ਚੰਗੇ ਵਾਹੀਕਾਰ ਸਨ, ਚੰਗੇ ਨੇਕ ਇਨਸਾਨ ਸਨ। ਲੇਖਕ ਦੀ ਮਾਂ, ਕਿਉਂਕਿ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਸੀ, ਤੇ ਜਦੋਂ ਵੀ ਬੇਟਾ ਲੋੜ ਪੈਂਦੀ ਉਹ ਆਪਣੇ ਭਰਾਵਾਂ ਦੇ ਕੋਲੋਂ ਮਦਦ ਕਰਦੀ, ਮਦਦ ਮੰਗਦੀ। ਕਈ ਵਾਰ ਬੇਟਾ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਲੇਖਕ ਦੀ ਮਾਂ ਆਪਣੇ ਬੱਚੇ ਨੂੰ ਕਿਤਾਬਾਂ ਕਾਪੀਆਂ ਨਾ ਲੈ ਕੇ ਦੇ ਸਕਦੀ ਤਾਂ ਉਹਨੂੰ ਬੜਾ ਦੁੱਖ ਹੁੰਦਾ। ਉਹ ਬਾਅਦ ਵਿੱਚ ਜਦੋਂ ਬੱਚੇ ਸਕੂਲ ਚਲੇ ਜਾਂਦੇ ਉਹਨਾਂ ਦੇ ਜਾਣ ਪਿੱਛੋਂ ਰੋਂਦੀ ਵੀ ਸੀ ਕਿ ਆਪਣੇ ਬੱਚੇ ਦੀ ਮੈਂ ਇੱਛਾ ਪੂਰੀ ਨਹੀਂ ਕੀਤੀ। ਤੇ ਫਿਰ ਆਪਣੇ ਭਰਾਵਾਂ ਕੋਲ ਮਦਦ ਮੰਗਦੀ, ਭਰਾ ਉਹਦੇ ਪੂਰੀ ਮਦਦ ਕਰਦੇ। ਠੀਕ ਹੈ, ਉਹਨੂੰ ਜਿਹੜਾ ਕਿ ਉਹਨਾਂ ਦੇ ਘਰੋਂ ਜਿਹੜੀ ਮੱਝ ਜਾਂ ਗਾਂ ਦੁੱਧ ਦੇਣ ਨੂੰ ਹਟ ਜਾਂਦੀ ਉਹ ਲੈ ਜਾਂਦੇ, ਤੇ ਉਹਦੀ ਥਾਂ ਤੇ ਸੂਈ ਹੋਈ ਮੱਝ ਜਾਂ ਜਿਹੜੀ ਦੁੱਧ ਵਧੀਆ ਦਿੰਦੀ ਸੀ ਉਹਦੀ ਥਾਂ ਤੇ ਉਹ ਮੱਝ ਦੇ ਦਿੰਦੇ, ਖੋਇਆ ਦੁੱਧ ਮੱਖਣ ਆਦਿ ਚੀਜ਼ਾਂ ਵੀ ਦਿੰਦੇ ਸਨ। ਇੱਕ ਵਾਰ ਬੇਟਾ ਇਸ ਤਰ੍ਹਾਂ ਹੋਇਆ ਕਿ ਲੇਖਕ ਦੇ ਘਰ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਵੀਕ ਹੋ ਗਈ। ਲੇਖਕ ਦੀ ਮਾਂ ਨੇ, ਉਹਦੀ ਬੇਬੇ ਨੇ ਕਿਹਦੇ ਕੋਲ ਮਦਦ ਮੰਗੀ ਸੀ, ਆਪਣੇ ਭਰਾਵਾਂ ਕੋਲ ਮਦਦ ਮੰਗੀ, ਤੇ ਲੇਖਕ ਨੂੰ ਆਪਣੇ ਭਰਾਵਾਂ ਦੇ ਘਰ ਭੇਜ ਦਿੱਤਾ ਤਾਂ ਕਿ ਉਹ ਪੜ੍ਹ ਲਿਖੇ, ਚੰਗਾ ਤੇ ਨੇਕ ਇਨਸਾਨ ਬਣੇ। ਤੇ ਬੇਟਾ ਜਦੋਂ ਉਹ ਘਰੋਂ ਜਾਣ ਲੱਗਿਆ ਤਾਂ ਉਹਨੇ ਕੀ ਕਿਹਾ ਆਪਣੇ ਬੱਚੇ ਨੂੰ, ਠੀਕ ਹੈ, ਤੂੰ ਕੋਈ ਸ਼ਰਾਰਤ ਨਹੀਂ ਕਰਨੀ, ਉੱਥੇ ਪਿਆਰ ਨਾਲ ਰਹਿਣਾ ਹੈ, ਤੇ ਤੇਰੀ ਮਾਮੀ ਬਹੁਤ ਜ਼ਿਆਦਾ ਚੰਗੀ ਹਨ, ਉਹਨਾਂ ਨਾਲ ਜਿਹੜਾ ਕਿ ਕਦੇ ਵੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਰਨੀ, ਤੇ ਅੱਗੋਂ ਪਰਮਾਤਮਾ ਰੱਖ, ਗੁਰੂ ਰੱਖ, ਇਹ ਕਹਿ ਕੇ ਸਮਝਾ ਕੇ ਲੇਖਕ ਨੂੰ ਉੱਥੇ ਭੇਜ ਦਿੰਦੀ। ਲੇਖਕ ਬੇਟਾ ਜਦੋਂ ਪਟਿਆਲੇ ਪੜ੍ਹਦਾ ਸੀ, ਠੀਕ ਹੈ, ਉਹ ਪਟਿਆਲੇ ਚਲਾ ਗਿਆ, ਜਦੋਂ ਪਟਿਆਲੇ ਪੜ੍ਹਦਾ ਸੀ ਤਾਂ ਇੱਕ ਵਾਰ ਉਹ ਕਿੱਥੇ ਜਾਂਦਾ, ਆਪਣੇ ਨਾਨਕੇ, ਇੱਕ ਮਹੀਨੇ ਦੇ ਵਿੱਚ ਜਿਹੜਾ ਕਿ ਇੱਕ ਵਾਰ ਦਾਦਕੇ ਜਾਂਦਾ ਤੇ ਇੱਕ ਵਾਰ ਨਾਨਕੇ ਆਪਣੀ ਮਾਂ ਨੂੰ ਮਿਲਣ ਜਾਂਦਾ। ਤੇ ਜਦੋਂ ਉਹਦੀ ਮਾਂ ਨੂੰ ਮਿਲ ਕੇ ਉਹ ਵਾਪਿਸ ਜਾ ਰਿਹਾ ਹੁੰਦਾ ਤੇ ਉਹਦੀ ਮਾਂ ਰੋਂਦੀ ਵੀ। ਯੈਸ ਅਦਿੱਤੇ ਬੇਟਾ, ਮੈਮ ਉਹ ਕਿਉਂ, ਥੈਂਕ ਯੂ। ਜਦੋਂ ਬੇਟਾ ਉਹਦੀ ਛੋਟੀ ਮਾਮੀ, ਉਹ ਕਹਿੰਦੀ ਉਹਦੀ ਛੋਟੀ ਮਾਮੀ ਦਾ ਕੀ ਨਾਮ ਸੀ, ਗੁਰਦਿਆਲ ਕੌਰ। ਵਨ ਮਾਸ ਕੁਸ਼ਚਨ ਆਇਆ ਵੀ ਸੀ ਲਾਸਟ ਟਾਈਮ, ਲੇਖਕ ਦੀ ਛੋਟੀ ਮਾਮੀ ਕੌਣ ਸੀ, ਗੁਰਦਿਆਲ ਕੌਰ। ਤੇ ਉਹ ਬੜੀ ਸੋਹਣੀ ਸੀ ਤੇ ਹੀਰ ਵਰਗੀ ਸੀ, ਠੀਕ ਹੈ, ਇੰਨੀ ਜ਼ਿਆਦਾ ਸੋਹਣੀ ਸੀ ਕਿ ਉਹਨੂੰ ਹੀਰ ਕਿਹਾ ਹੈ। ਬੜੀ ਚੰਗੀ ਤੇ ਨੇਕ ਔਰਤ ਵੀ ਸੀ, ਉਹ ਲੇਖਕ ਦਾ ਪੂਰਾ ਪੂਰਾ ਖਿਆਲ ਰੱਖਦੀ ਸੀ। ਤੇ ਬੇਟੇ ਜਦੋਂ ਵੀ ਦੁਸਹਿਰਾ ਆਉਂਦਾ, ਦੁਸਹਿਰੇ ਤੋਂ ਪਹਿਲਾਂ, ਦੀਵਾਲੀ ਤੋਂ ਨੀ, ਦੁਸਹਿਰੇ ਤੋਂ ਪਹਿਲਾਂ, ਠੀਕ ਹੈ, ਘਰ ਦੀ ਲੀਪਾ ਪਹੁੰਚੀ, ਸਫਾ ਸਾਫ ਸਫਾਈ ਕਰਦੇ ਲੇਖਕ ਦੇ ਸਾਰਾ ਪਰਿਵਾਰ, ਲੇਖਕ ਵੀ ਨਾਲ ਮਿਲ ਕੇ ਕਰਦਾ ਸੀ, ਘਰ ਦੇ ਬਾਕੀ ਬੱਚੇ ਵੀ ਲੀਪਾ ਪੋਚੀ ਦੇ ਵਿੱਚ ਮਦਦ ਕਰਦੇ। ਪਾਂਡੂ ਦਾ ਪਰੋਲਾ ਫੇਰਿਆ ਜਾਂਦਾ ਸੀ, ਕਿਹਦਾ ਪਰੋਲਾ, ਕੰਧਾਂ ਦੇ ਪਾਂਡੂ ਦਾ ਪਰੋਲਾ, ਠੀਕ ਹੈ। ਤੇ ਵਿਸਾਖੀ ਤੋਂ ਪਹਿਲਾਂ ਦੀ ਬਾਦਸ਼ਾਹ ਸ਼ੁਰੂ ਹੋ ਜਾਂਦੀਆਂ, ਇਸ ਲਈ ਫਸਲਾਂ ਦੀ ਸਾਂਭ ਸੰਭਾਲ ਵੀ ਕਰਦੇ। ਤੇ ਕਈ ਵਾਰ ਏਦਾਂ ਹੁੰਦਾ ਕਿ ਲੇਖਕ ਦੀ ਬੇਬੇ ਸਮਝਾਉਂਦੀ, ਜਦੋਂ ਲੇਖਕ ਨੂੰ ਲੱਗਦਾ ਕਿ ਨਹੀਂ ਨਹੀਂ ਅਸੀਂ ਇਹ ਕੰਮ ਔਖਾ ਹੈ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਤਾਂ ਬੜੀ ਸਿਆਣਪ ਦੇ ਨਾਲ, ਸੂਝ ਨਾਲ ਉਹ ਬੱਚਿਆਂ ਨੂੰ ਸਮਝਾਉਂਦੀ, ਕੋਈ ਕੰਮ ਔਖਾ ਨਹੀਂ ਹੁੰਦਾ, ਠੀਕ ਹੈ, ਜੇ ਤੁਸੀਂ ਦਿਲ ਲਗਾ ਕੇ ਮਿਹਨਤ ਨਾ ਕਰੋ ਤੇ ਅਸੀਂ ਹਰ ਕੰਮ ਕਰ ਸਕਦੇ ਹਾਂ, ਠੀਕ ਹੈ। ਦੁਨੀਆਂ ਦੇ ਵਿੱਚ ਕੋਈ ਵੀ ਕੰਮ ਬੇਟਾ ਔਖਾ ਨਹੀਂ, ਪਰ ਜੇ ਅਸੀਂ ਉਹ ਕੰਮ ਨੂੰ ਦਿਲ ਲਗਾ ਕੇ ਮਿਹਨਤ ਨਾਲ ਕਰੀਏ, ਲਗਨ ਨਾਲ ਕਰੀਏ, ਭਾਵ ਕਿ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਣਾ ਦਿੰਦੀ ਸੀ, ਜਿਸ ਤਰ੍ਹਾਂ ਹਰ ਮਾਂ ਆਪਣੇ ਬੱਚੇ ਨੂੰ ਪ੍ਰੇਰਣਾ ਦਿੰਦੀ ਹੈ, ਮੋਟੀਵੇਟ ਕਰਦੀ ਕਿ ਮਿਹਨਤ ਕਰਨੀ ਚਾਹੀਦੀ ਹੈ, ਉਸੇ ਤਰ੍ਹਾਂ ਬੇਟਾ ਲੇਖਕ ਦੀ ਮਾਂ ਵੀ ਇਹੀ ਸਮਝਾਉਂਦੀ ਸੀ ਕਿ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ, ਅਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡੇ ਲਈ ਕੋਈ ਵੀ ਕੰਮ ਜਿਹੜਾ ਔਖਾ ਨਹੀਂ ਹੋਵੇਗਾ। ਯੈਸ ਬੇਟਾ ਦਿਵਿਆਂਸ਼ੀ, ਦਿਵਿਆਂਸ਼ੀ ਮੈਮ ਛੋਟੀ ਮਾਮੀ ਕੋਲ
छोटी मामी को उन्होंने सूरज वांग भी तो कहा था। हाँ हाँ पर जेड़ा चेहरा चमकना सूरज वांग सी उन्हें कहा सी ओदा नाम हीर वांग ही थे ते जेड़ा जे चमक सी वो सूरज वांग सी। ओके ठीक है बेटा ओदा जेड़ा हुन उन्होंने नेक्स्ट दसया है ओदा जेड़ा बापू दा सुभाव। बापू भी सिर्फ मेन करैक्टर पता होना चाहिए, कोई भी करैक्टर आ सकता है। बापू दा सुभाव लेखक दे थोड़ा सख्त सी, ठीक है थोड़ा सख्त सी, पर जो लेखक की मां घर ना होंगी तब ओदा बापू उन्हें हमेशा प्यार नाल गल करता, क्योंकि उन्हें पता सी जो ओदी जे रोन लग गए तो उन्होंने चुप ही नहीं करना। तो उन्होंने जान तो बाहर बेबे के जो घर नहीं होंगे तो उन्होंने ख्याल रखता सी, उन्होंने प्यार भी करता सी। ते जदों दिवाली वाले दिनों दे विच दुशहरे वाले दिनों दे विच ओ कंधा ते टंगल लिखी लियांदे सी, तस्वीरां भी लैके आउंदे सी। इस तों बाद नैक्सट करैक्टर है छोटा भरा। छोटा भरा लेखक का बेटा बड़ा बंदगी करन वाला सी, अपने बुजुर्ग बिरध माता पिता की सेवा करता। जदों कोई दिन त्योहार होंदे ਤਾਂ ਦਿਨ ਤਿਉਹਾਰ ਦੇ ਸਮੇਂ ਜਿਹੜੇ ਸੀ ਸਾਰੇ ਇਕੱਠੇ ਹੁੰਦੇ, ਕਿਹਦੇ ਘਰ ਇਕੱਠੇ ਹੁੰਦੇ ਸੀ? ਛੋਟੇ ਭਰਾ ਦੇ ਘਰ। ਕਿਹਦੇ ਘਰ ਇਕੱਠੇ ਹੁੰਦੇ ਸੀ? ਛੋਟੇ ਭਰਾ ਦੇ ਘਰ ਸਾਰੇ ਜਿਹੜੇ ਇਕੱਠੇ ਹੁੰਦੇ ਸੀ। ਇਸ ਤੋਂ ਇਲਾਵਾ ਇੱਕ ਕਰੈਕਟਰ ਹੋਰ ਆਇਆ ਲਾਸਟ ਟਾਈਮ, ਕਾਫੀ ਬੱਚਿਆਂ ਨੇ ਨਹੀਂ ਕੀਤਾ ਸੀ ਕੁਸ਼ਚਨ, ਕਰਤਾਰ ਕੌਰ। ਠੀਕ ਹੈ ਕਰਤਾਰ ਕੌਰ ਦਾ ਟੱਬਰ ਵੱਡਾ ਸੀ, ਕਿੱਦਾਂ ਪਤਾ ਚੱਲਦਾ ਹੈ? ਇੱਕ ਵਾਰ ਬੇਬੇ ਬੇਟਾ ਪਿੰਡ ਦੇ ਵਿੱਚ ਕਿਸੇ ਦੇ ਘਰ ਜਾਂਦੀ ਹੈ, ਠੀਕ ਹੈ ਉੱਥੇ ਉਹ ਜਿਹੜਾ ਕੀ ਹੈ ਥਾਲ ਦੇ ਵਿੱਚ ਪਏ ਹੋਏ ਆਟੇ ਤੋਂ ਉਹਨੂੰ ਪਤਾ ਚੱਲਦਾ ਹੈ ਕਿ ਉਹਦਾ ਟੱਬਰ ਵੱਡਾ। ਕਿਸ ਤਰ੍ਹਾਂ ਪਤਾ ਚੱਲਦਾ ਹੈ? ਕਿਉਂਕਿ ਉਹਨੇ ਥਾਲ ਦੇ ਜਿਹੜਾ ਆਟਾ ਹੈ ਬਹੁਤ ਜ਼ਿਆਦਾ ਗੁੰਨਿਆ ਹੁੰਦਾ ਹੈ, ਨੈਚੁਰਲੀ ਉਹਨੇ ਜ਼ਿਆਦਾ ਰੋਟੀਆਂ ਬਣਾਉਣੀਆਂ ਹੋਣੀਆਂ, ਠੀਕ ਹੈ ਜ਼ਿਆਦਾ ਫੁਲਕੇ ਬਣਾਉਣੇ ਉਹਨੇ, ਇਸ ਲਈ ਉਹਨੂੰ ਪਤਾ ਚੱਲਦਾ ਹੈ ਕਿ ਜਿਹੜਾ ਉਹ ਕਰਤਾਰਪੁਰ ਦੇ ਕਿਹਦੇ ਘਰ ਜਾਂਦੀ ਹੈ? ਕਰਤਾਰਪੁਰ ਦੇ ਘਰ ਜਾਂਦੀ ਹੈ। ਤੇ ਥਾਲ ਦੇ ਵਿੱਚ ਗੁੰਨੇ ਹੋਏ ਆਟੇ ਤੋਂ ਪਤਾ ਚੱਲਦਾ ਹੈ ਕਿ ਉਹਦਾ ਡੱਬਰ ਕੀ ਹੈ ਬੜਾ ਵੱਡਾ ਹੈ। ਤੇ ਵਾਰਤਕ ਲਿਖਦੀ ਅੰਤ ਦੇ ਵਿੱਚ ਉਹ ਸਮਝਾਉਂਦੀ ਹੈ ਕਿ ਜਦੋਂ ਮੈਂ ਨਾ ਰਹੀ ਅੱਜ ਤਾਂ ਹੁਣ ਮੈਂ ਜ਼ਿੰਦਾ ਹਾਂ, ਤੁਸੀਂ ਮੈਨੂੰ ਮਿਲਣ ਦੇ ਬਹਾਨੇ ਆਉਂਦੇ ਹੋ ਤੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਮਿਲ ਲੈਂਦੇ ਹੋ, ਪਰ ਜਦੋਂ ਮੈਂ ਨਾ ਰਹੀ ਤੇ ਇਸ ਤਰ੍ਹਾਂ ਹੋਵੇਗਾ ਕਿ ਇੱਕ ਰਾਜਧਾਨੀ ਟੁੱਟ ਜਾਵੇਗੀ। ਠੀਕ ਹੈ ਤੁਸੀਂ ਮੇਰੇ ਮਰਨ ਤੋਂ ਬਾਅਦ ਵੀ ਇੱਥੇ ਆਇਆ ਕਰੋਗੇ, ਇਸੇ ਤਰ੍ਹਾਂ ਹੀ ਮਿਲਿਆ ਕਰੋਗੇ ਕਿ ਏਦਾਂ ਹੀ ਕਰੋ ਜਿਹੜਾ ਮੇਰਾ ਦਰਵਾਜ਼ਾ ਦੇਖ ਕੇ ਬਾਹਰੋਂ ਲੰਘ ਜਾਇਆ ਕਰੋਗੇ ਮੇਰੇ ਜਾਣ ਤੋਂ ਬਾਅਦ। ਠੀਕ ਹੈ ਇਸ ਤਰ੍ਹਾਂ ਲੇਖ ਦਾ ਛੋਟਾ ਭਰਾ ਵੀ ਹੋਲੀ ਜੇ ਪੁੱਛਦਾ ਕਿ ਜਦੋਂ ਕਿ ਤੁਸੀਂ ਬੇਬੇ ਬਾਪੂ ਦੇ ਮਰਨ ਤੋਂ ਬਾਅਦ ਵੀ ਜਾਇਆ ਕਰੋਗੇ, ਠੀਕ ਹੈ ਉਦੋਂ ਬਾਅਦ ਆਇਆ ਕਰੋਗੇ ਕਿ ਨਹੀਂ ਆਇਆ ਕਰੋਗੇ। ਭਾਵ ਕਿ ਜਿਹੜੇ ਬਜ਼ੁਰਗ ਹੁੰਦੇ ਆ ਵੱਡੇ ਹੁੰਦੇ ਆ ਉਹ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦੇ ਆ, ਕੜੀ ਦਾ ਕੰਮ ਕਰਦੇ ਆ। ਠੀਕ ਹੈ ਹੁੰਦਾ ਨਾ ਜਦੋਂ ਸਾਡੇ ਘਰ ਦਾਦਾ ਦਾਦੀ ਹੁੰਦੇ ਆ ਸਾਰੇ ਰਿਸ਼ਤੇਦਾਰ ਮਿਲਣ ਜਿਲਣ ਆਉਂਦੇ ਆ ਇਸੇ ਤਰ੍ਹਾਂ ਪਿਆਰ ਬਣਿਆ ਰਹਿੰਦਾ, ਪਰ ਜਦੋਂ ਸਾਡੇ ਸਿਰ ਤੇ ਵੱਡਿਆਂ ਦਾ ਸਹਾਰਾ ਨਹੀਂ ਰਹਿੰਦਾ, ਠੀਕ ਹੈ ਜਿਹੜਾ ਕਿ ਰਿਸ਼ਤੇਦਾਰ ਵੀ ਮੇਲ ਮਿਲਾਪੀ ਵੀ ਆਉਣਾ ਘੱਟ ਹੋ ਜਾਂਦੇ ਆ। ਭਾਵ ਕਿ ਕੜੀ ਦਾ ਕੰਮ ਕਰਦੇ ਜਿਹੜੇ ਬਜ਼ੁਰਗ ਲੋਕ ਹੈ ਵੱਡੇ ਲੋਕ ਹੈ ਉਹ ਆਪਸ ਦੇ ਵਿੱਚ ਪਿਆਰ ਬਣਾਈ ਰੱਖਦੇ ਆ, ਸਮਝਾਉਂਦੇ ਹਨ ਸਾਨੂੰ। ਤੇ ਅੰਤ ਦੇ ਵਿੱਚ ਕਹਾਣੀ ਨੇ ਦੱਸਿਆ ਕਿ ਲੇਖਕ ਨੂੰ ਜਦੋਂ ਵੀ ਸੁਪਨਾ ਆਉਂਦਾ ਤੇ ਏਦਾਂ ਲੱਗਦਾ ਕਿ ਸੁਪਨੇ ਦੇ ਵਿੱਚ ਉਹਦੀ ਮਾਂ ਜਦੋਂ ਅੱਜ ਨਹੀਂ ਰਹੀ, ਇਸ ਤਰ੍ਹਾਂ ਲੱਗਦਾ ਕਿ ਉਹਦੀ ਮਾਂ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ, ਠੀਕ ਹੈ ਉਹਨੂੰ ਪਿਆਰ ਕਰ ਰਹੀ ਹੈ ਤੇ ਹੋਰ ਬਹੁਤ ਸਾਰੇ ਕੰਮ ਕਰ ਰਹੀ ਹੈ। ਕਲੀਅਰ ਹੈ ਬੇਟਾ ਵਾਰਤਕ ਲੇਖ? ਸਾਰਿਆਂ ਨੂੰ ਸਮਝ ਆ ਗਈ ਬੇਟਾ? ਯੈਸ ਬੇਟਾ, ਲੌਂਗ ਕੁਸ਼ਚਨ ਕਰੀਏ ਪੁੱਤਰ, ਅਗਰ ਕੋਈ ਡਾਊਟ ਹੈ ਦੈਨ ਪਲੀਜ਼ ਰੇਜ਼ ਯੋਰ ਹੈਂਡ। ਕਲੀਅਰ ਹੋ ਗਿਆ? ਹਰੇਕ ਪਾਤਰ ਦਾ ਕੀ ਰੋਲ ਹੈ? ਕਰਤਾਰ ਕੌਰ ਦਾ ਰੋਲ ਹੈ ਬੇਟਾ ਜਦੋਂ ਲੇਖਕ ਦੀ ਬੇਬੇ ਕਿਸੇ ਪਿੰਡ ਦੇ ਵਿੱਚ, ਠੀਕ ਹੈ ਕਿਸੇ ਪਿੰਡ ਦੇ ਵਿੱਚ ਜਾਂਦੀ ਹੈ, ਕਿਸੇ ਦੇ ਘਰ ਜਾਂਦੀ ਹੈ, ਠੀਕ ਹੈ ਕਿਸੇ ਘਰ ਮਿਲਣ ਜਾਂਦੀ, ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਘਰ ਮਿਲਣ ਜਾਂਦੀ ਹੈ, ਤੋ ਜਿਹੜੀ ਕੀ ਹੈ ਕਰਤਾਰ ਕੌਰ ਨਾ ਪਰਾਤ ਦੇ ਵਿੱਚ ਆਟਾ ਗੁੰਨ ਰਹੀ ਹੁੰਦੀ ਹੈ, ਠੀਕ ਹੈ ਆਟਾ ਗੁੰਨ ਰਹੀ ਹੁੰਦੀ ਹੈ ਤੇ ਲੇਖਕ ਨੂੰ ਬੇਬੇ ਨੂੰ ਪਤਾ ਚੱਲਦਾ ਹੈ, ਦੱਸਦੀਏ ਕਿ ਉਹਨੂੰ ਪਰਾਤ ਵਿੱਚ ਪਏ ਹੋਏ ਆਟੇ ਤੋਂ ਪਤਾ ਚੱਲਦਾ ਹੈ ਕਿ ਕਰਤਾਰ ਕੌਰ ਦਾ ਟੱਬਰ ਕਿੰਨਾ ਵੱਡਾ ਸੀ। ਭਾਵ ਕਿ ਉਹਨੇ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੀ ਹੈ, ਠੀਕ ਹੈ ਉਹ ਆਟਾ ਗੁੰਨ ਰਹੀ ਹੁੰਦੀ ਹੈ ਤੇ ਉਹਦੇ ਪਰਾਤ ਵਿੱਚ ਪਏ ਹੋਏ ਆਟੇ ਤੋਂ ਪਤਾ ਚੱਲਦਾ ਹੈ ਜਿਹੜਾ ਕਰਤਾਰ ਕੌਰ ਦਾ ਟੱਬਰ ਕਿੰਨਾ ਵੱਡਾ ਹੈ, ਉਹਦਾ ਇਹੀ ਰੋਲ ਹੈ। ਓਕੇ ਬੇਟਾ ਦਿਵਿਆਂਸ਼ੀ, ਕਲੀਅਰ ਹੈ ਪੁੱਤਰ? ਐਨੀ ਅਦਰ ਡਾਊਟ ਪੁੱਤਰ? ਐਨੀ ਅਦਰ ਡਾਊਟ? ਲੌਂਗ ਕੁਸ਼ਚਨ ਸਟਾਰਟ ਕਰੀਏ ਪੁੱਤਰ? ਫਸਟ ਕੁਸ਼ਚਨ, ਲੌਂਗ ਕੁਸ਼ਚਨ ਕਰਾਂਗੇ। ਵੱਡੇ ਪ੍ਰਸ਼ਨ, ਲੇਖਕ ਦੇ ਬਚਪਨ ਦਾ ਜੀਵਨ ਕਿਹੋ ਜਿਹਾ ਸੀ ਜਾਂ ਬਚਪਨ ਕਿਹੋ ਜਿਹਾ ਸੀ? ਯੈਸ ਬੇਟਾ, ਰੇਜ਼ ਯੋਰ ਹੈਂਡ। ਹਾਂਜੀ ਬੇਟਾ ਆਦਿਤਯ, ਆਦਿਤਯ ਲੇਖਕ ਨੂੰ ਆਪਣੇ 5 ਸਾਲ ਤੱਕ ਆਪਣਾ ਬਚਪਨ ਇਹ ਯਾਦ ਹੈ ਕਿ ਉਸਦੀ ਬੇਬੇ ਕਿੰਨੀ ਪਿਆਰ ਕਰਦੀ,
ਉਸਦੇ ਬੇਬੇ ਉਹਨਾਂ ਨੂੰ ਚਾਬੀ ਤੇ ਆਪਣੇ ਆਪ ਨੂੰ ਜਿੰਦਰਾ ਕਹਿੰਦੀ ਸੀ ਤੇ ਉਹਦੇ ਘਰ ਵਿੱਚ ਹਰ ਹਰ ਦਿਨ ਰਾਤ ਤਿਉਹਾਰ ਵਰਗਾ ਲੱਗਦਾ ਸੀ। ਹਾਂਜੀ ਹਾਂਜੀ ਵੈਰੀ ਗੁੱਡ ਬੇਟਾ। ਯੈਸ ਐਨੀ ਅਦਰ ਸਟੂਡੈਂਟ? ਲੌਂਗ ਕੁਐਸਚਨ ਹੈ ਬੇਟਾ। ਅਪਰਨ? ਯੈਸ ਮੈਮ। ਲੇਖਕ ਨੂੰ 4-5 ਸਾਲ ਦੀ ਉਮਰ ਤੱਕ ਆਪਣਾ ਬਚਪਨ ਯਾਦ ਸੀ। ਬੇਬੇ ਕਿਸ ਵਾਂਗ ਸਿਰ ਉੱਪਰ ਕੜਾ ਚੁੱਕੀ ਖੂਹ ਉੱਪਰ ਪਾਣੀ ਭਰਨ ਜਾਂਦੀ ਸੀ ਤੇ ਲੇਖਕ ਵੀ ਉਸਦੀ ਕਮੀਜ਼ ਦੀ ਕੰਨੀ ਫੜ ਕੇ ਉਸ ਨਾਲ ਤੁਰੀ ਜਾਂਦਾ ਸੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਲੇਖਕ ਨੂੰ ਹਰ ਦਿਨ ਤਿਉਹਾਰ ਵਰਗਾ ਲੱਗਦਾ ਤੇ ਜਦੋਂ ਬੇਬੇ ਰਿਸ਼ਤੇਦਾਰੀ ਵੱਲ ਚਲੀ ਜਾਂਦੀ ਤਾਂ ਉਹ ਗੁੰਮਸੁੰਮ ਚੁੱਪ ਚਾਪ ਬੈਠਾ ਰਹਿੰਦਾ ਤੇ ਇੱਧਰ ਉੱਧਰ ਫਿਰਦਾ। ਫਸਟ ਪੇਜ ਤੇ ਸਟਾਰਟਿੰਗ ਦੀ ਹੈ, ਫਸਟ ਪੈਰੇ ਦੇ ਵਿੱਚ ਲੇਖਕ ਨੂੰ 4-5 ਸਾਲ ਦੀ ਤੱਕ ਉਮਰ ਤੱਕ ਆਪਣਾ ਬਚਪਨ ਯਾਦ ਰਹਿੰਦਾ ਤੇ ਜਦੋਂ ਲੇਖਕ ਦੀ ਮਾਂ ਕਿੱਥੇ ਪਾਣੀ ਭਰਨ ਜਾਂਦੀ ਸੀ, ਖੂਹੀ ਤੇ ਪਾਣੀ ਭਰਨ ਜਾਂਦੀ ਤਾਂ ਲੇਖਕ ਵੀ ਉਸਦੇ ਨਾਲ ਜਾਂਦਾ ਤੇ ਕੀ ਫੜਦਾ ਸੀ, ਕਮੀਜ਼ ਦੀ ਕੰਨੀ ਫੜਦਾ, ਠੀਕ ਹੈ, ਤੇ ਲੱਤਾਂ ਦੇ ਨਾਲ ਵੀ ਅਟਕ ਜਾਂਦਾ ਤੇ ਕਦੀ ਡਿੱਗਦਾ। ਤੇ ਜਦੋਂ ਲੇਖਕ ਦੀ ਮਾਂ ਘਰ ਹੁੰਦੀ ਤੇ ਉਹਨੂੰ ਕੀ ਲੱਗਦੇ ਸੀ, ਹਰ ਦਿਨ ਤਿਉਹਾਰ, ਠੀਕ ਹੈ, ਹਰ ਦਿਨ ਕਿਹਦੇ ਵਾਂਗ ਲੱਗਦੇ, ਤਿਉਹਾਰ ਦੇ ਵਾਂਗ ਲੱਗਦੇ, ਠੀਕ ਹੈ। ਲੇਖਕ ਦੀ ਮਾਂ ਬਚਪਨ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਕਲੀਅਰ ਹੈ ਬੇਟਾ? ਯੈਸ। ਨੈਕਸਟ ਕੁਐਸਚਨ ਹੈ, ਸੈਕਿੰਡ ਕੁਐਸਚਨ ਬੇਟਾ, ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ ਪੁੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ। ਠੀਕ ਹੈ, ਜਦੋਂ ਪੁੱਤਰ ਘਰੋਂ ਤੁਰਦਾ ਹੈ ਤਾਂ ਮਾਂ ਪੁੱਤਰ ਦੀ ਆਪਸੀ ਗੱਲਬਾਤ, ਜਦੋਂ ਪਟਿਆਲੇ ਪੜ੍ਹਦਾ ਸੀ ਬੇਟਾ, ਜਦੋਂ ਇੱਕ ਵਾਰ ਦੱਸਿਆ ਸੀ ਨਾ, ਇੱਕ ਵਾਰੀ ਦਾਦਕੇ ਜਾਂਦਾ ਸੀ ਤੇ ਇੱਕ ਵਾਰ ਨਾਨਕੇ ਜਾਂਦਾ ਸੀ, ਦੱਸਿਆ ਸੀ ਨਾ ਬੇਟਾ, ਪਟਿਆਲੇ ਪੜ੍ਹਦਿਆਂ ਤੇ ਇੱਕ ਵਾਰ ਜਦੋਂ ਵਾਪਿਸ ਜਾ ਰਿਹਾ ਹੁੰਦਾ ਆਪਣੀ ਮਾਂ ਨੂੰ ਮਿਲ ਕੇ ਤੇ ਉਹਦੀ ਮਾਂ ਉਹਨੂੰ ਕੀ ਕਹਿੰਦੀ ਸੀ ਜਦੋਂ ਰੋਂਦੀ ਸੀ। ਯੈਸ ਬੇਟਾ, ਰੇਜ਼ ਯੋਰ ਹੈਂਡ। ਵੰਸ਼ਿਕਾ? ਹਾਂਜੀ ਬੇਟਾ ਵੰਸ਼ਿਕਾ। ਯੈਸ ਮੈਮ। ਲੇਖਕ ਜਦੋਂ ਆਪਣੀ ਮਾਂ ਨੂੰ ਮਿਲ ਕੇ ਵਾਪਸ ਪਟਿਆਲੇ ਪੜ੍ਹਨ ਜਾਂਦਾ ਹੈ ਤਾਂ ਉਹਦੀ ਮਾਂ ਉਹਨੂੰ ਬੱਸ ਸਟੈਂਡ ਤੇ ਛੱਡਣ ਜਾਂਦੀ ਹੈ ਤਾਂ ਉਹਦੀ ਮਾਂ ਰੋਣ ਲੱਗ ਪੈਂਦੀ ਹੈ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਉਹ ਸਰਹੰਦ ਦੀ ਜੰਗ ਲੜਨ ਨਹੀਂ ਜਾ ਰਿਹਾ ਤੇ ਉਹਨਾਂ ਨੂੰ ਰੋਣ ਦੀ ਕੋਈ ਲੋੜ ਨਹੀਂ ਹੈਗੀ। ਵੈਰੀ ਗੁੱਡ, ਵੈਰੀ ਗੁੱਡ। ਥੋੜਾ ਹੋਰ ਐਕਸਪਲੇਨ ਕਰੋ। ਯੈਸ ਦਹਿਰਿਨ। ਵੈਰੀ ਗੁੱਡ ਵੰਸ਼ਿਕਾ। ਲੇਖਕ ਦੀ ਮਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉਸਨੂੰ ਆਪਣੇ ਸ਼ਹਿਰ ਵਿੱਚ ਪੜ੍ਹਾ ਸਕਣ, ਇਸ ਲਈ ਲੇਖਕ ਨੂੰ ਪੜ੍ਹਾਉਣ ਲਈ ਉਸਨੂੰ ਪਟਿਆਲੇ ਜਾਣ ਦੀ ਲੋੜ ਪੈਂਦੀ ਸੀ। ਤੇ ਜਦੋਂ ਉਹ ਆਪਣੀ ਮਾਂ ਤੋਂ ਮਿਲ ਕੇ ਪਟਿਆਲੇ ਵਾਪਸ ਜਾਂਦਾ ਸੀ ਤਾਂ ਉਸਦੀ ਮਾਂ ਕਈ ਵਾਰ ਰੋ ਪੈਂਦੀ ਸੀ। ਇੱਕ ਵਾਰ ਦੀ ਗੱਲ ਦਾ ਇਹ ਵਰਣਨ ਸੀ ਕਿ ਉਸਦੀ ਮਾਂ ਤੇ ਉਸਦੀ ਮਾਂ ਉਸਨੂੰ ਕਹਿੰਦੀ ਸੀ, ਰੋਣ ਲੱਗਦੀ ਸੀ ਤੇ ਉਹ ਉਸਦੀ ਮਾਂ ਨੂੰ ਕਹਿੰਦਾ ਸੀ ਕਿ ਉਹਨੂੰ ਰੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹ ਸਰਹੱਦ ਉੱਤੇ ਜੰਗ ਲੜਨ ਨਹੀਂ ਜਾ ਰਿਹਾ। ਪਰ ਉਸਦੀ ਮਾਂ ਨੇ ਉਸਨੂੰ ਕਿਹਾ ਕਿ ਬਾਹਰ ਦੇ ਦੁਸ਼ਮਣ ਕਦੇ ਵੀ ਅੱਖੋਂ ਪਰ ਰੱਖੀ ਨਹੀਂ ਹੁੰਦੀ। ਵੈਰੀ ਗੁੱਡ ਬੇਟਾ, ਵੈਰੀ ਗੁੱਡ ਹੈਰਿਨ। ਕਿ ਜਦੋਂ ਬੇਟਾ ਲੇਖਕ ਪਟਿਆਲੇ ਪੜ੍ਹਦਾ ਸੀ, ਠੀਕ ਹੈ, ਪਟਿਆਲੇ ਪੜ੍ਹਦੇ ਇੱਕ ਵਾਰ ਦਾਦਕੇ ਜਾਂਦਾ ਸੀ ਤੇ ਇੱਕ ਵਾਰ ਕਿੱਥੇ ਜਾਂਦਾ ਸੀ, ਉਹ ਨਾਨਕੇ ਜਾਂਦਾ ਸੀ, ਠੀਕ ਹੈ। ਜਦੋਂ ਉਹ, ਠੀਕ ਹੈ, ਆਪਣੀ ਮਾਂ ਨੂੰ ਮਿਲ ਕੇ ਵਾਪਿਸ ਜਾ ਰਿਹਾ ਹੁੰਦਾ, ਠੀਕ ਹੈ, ਤੇ ਮਾਂ ਉਹਦੀ ਛੱਡਣ ਉਹਨੂੰ ਬੱਸ ਸਟੈਂਡ ਤੇ ਆਉਂਦੀ ਤੇ ਲੇਖਕ ਦੀ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਆਉਣ ਲੱਗ ਜਾਂਦੇ ਤੇ ਉਹ ਪੁੱਛਦਾ ਕਿ ਮਾਂ ਤੁਸੀਂ ਰੋ ਕਿਉਂ ਰਹੇ ਹੋ ਬੇਬੇ ਜੀ? ਤਾਂ ਉਹ, ਠੀਕ ਹੈ, ਮੈਂ ਕੋਈ ਸਰਹੱਦ ਤੇ ਲੜਾਈ ਲੜਨ ਜਾ ਰਿਹਾ ਵਾਂ, ਠੀਕ ਹੈ, ਜਦੋਂ ਤੁਸੀਂ ਇੰਨਾ ਰੋ ਰਹੇ ਹੋ, ਠੀਕ ਹੈ, ਮੈਂ ਤਾਂ ਆਪਣੇ ਜਿਹੜੇ ਕਿ ਵਾਪਿਸ ਜਾ ਰਿਹਾ ਵਾਂ ਘਰ, ਤੁਸੀਂ ਕਿਉਂ ਰੋ ਰਹੇ ਹੋ? ਤਾਂ ਉਹ ਕਹਿੰਦੇ ਕਿ ਗਾਵਾਂ ਮੱਝਾਂ ਦੇ ਬੱਚੇ ਵੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਹਨ, ਠੀਕ ਹੈ, ਗਾਵਾਂ ਮੱਝਾਂ ਦੇ ਬੱਚੇ ਵੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਹਨ, ਤੂੰ, ਠੀਕ ਹੈ, ਮੇਰੀਆਂ ਇਹ ਤੂੰ ਨਹੀਂ ਸਮਝ ਸਕਦਾ ਕਿਉਂਕਿ ਇਹ ਫੀਲਿੰਗ ਜਿਹੜੀ ਇਹ ਭਾਵਨਾ ਹੈ, ਸਿਰਫ ਇਹ ਭਾਵਨਾ ਕੌਣ ਸਮਝ ਸਕਦੀ ਹੈ? ਇੱਕ ਮਾਂ ਹੀ ਸਮਝ ਸਕਦੀ ਹੈ ਕਿ ਮਾਂ ਬੇਟਾ ਆਪਣੇ ਬੱਚੇ ਨੂੰ ਆਪਣੀਆਂ ਅੱਖਾਂ ਤੋਂ ਦੂਰ ਹੁੰਦਿਆਂ ਨਹੀਂ ਦੇਖ ਸਕਦੀ। ਠੀਕ ਹੈ, ਵੈਰੀ ਗੁੱਡ ਬੇਟਾ। ਨੈਕਸਟ ਕੁਐਸਚਨ ਹੈ, ਲੇਖਕ ਦੇ ਪਰਿਵਾਰ ਤੇ ਉਸਦੀ ਨਾਨਕੇ ਔਂਕੜ ਦੇ ਸਮੇਂ ਕਿਵੇਂ ਮਦਦ ਕਰਦੇ? ਜਦੋਂ ਕੋਈ ਮੁਸੀਬਤ ਹੁੰਦੀ ਤਾਂ ਉਹ ਕਿਵੇਂ ਮਦਦ ਕਰਦੇ ਸੀ? ਠੀਕ ਹੈ, ਕਿਸ ਤਰ੍ਹਾਂ ਮਦਦ ਕਰਦੇ ਸੀ? ਠੀਕ ਹੈ, ਵੀ ਨੋਟ ਕਰ ਲਾ, ਪਟਿਆਲੇ ਪੜ੍ਹਦਾ ਸੀ, ਠੀਕ ਹੈ, ਜਦੋਂ ਜਾਣ ਲੱਗਦੀਆਂ ਤੇ ਉਹਦੀ ਮਾਂ ਦੀ ਅੱਖਾਂ ਦੇ ਵਿੱਚੋਂ ਕੀ ਆਉਂਦੇ? ਅੱਥਰੂ ਆਉਂਦੇ। ਠੀਕ ਹੈ, ਉਹਦੀ ਮਾਂ, ਲੇਖਕ ਕੀ ਕਹਿੰਦਾ ਕਿ ਮੈਂ ਸਰਹੱਦ ਤੇ ਕੋਈ ਲੜਾਈ ਲੜਨ ਜਾ ਰਿਹਾ ਵਾਂ, ਠੀਕ ਹੈ, ਮੈਂ ਤਾਂ ਵਾਪਿਸ ਜਾ ਰਿਹਾ ਵਾਂ, ਤੁਸੀਂ ਕਿਉਂ ਇੰਨਾ ਰੋ ਰਹੇ ਹੋ? ਤੇ ਉਹਦੀ ਮਾਂ ਕੀ ਕਹਿੰਦੀ, ਤੂੰ ਇਹ ਗੱਲ ਨਹੀਂ ਸਮਝ ਸਕਦਾ। ਠੀਕ ਹੈ, ਗੱਲ ਸਿਰਫ ਇੱਕ ਮਾਂ ਹੀ ਸਮਝ ਸਕਦੀ ਹੈ।
यस नेक्स्ट क्वेश्चन। हां जी बेटा नेक्स्ट क्वेश्चन। लेखक दे परिवार दी उस दे नानके कोई मुसीबत आंदी तां किस तरह मदद करदे? यस ओनली टू स्टूडेंट वंशिका एंड देन बाकी बच्चे भी हैंड रेज करो बेटा। जायती जायती यस मैम। हां जी बेटा लेखक दे घर दी आर्थिक वास्ते नवे कपड़े ज जयती आदित्य आदित्य बेटा लेखक दे घर दी आर्थिक स्थिति चंगी नहीं थी जदो लेखक नु कॉपी दी लोड पैंदी सी ते ओदी उसदी मां उनु कॉपी नहीं लै पैसियां दी कमी करके उसदी मां उनु किताब पांदी सी ते जदो ओ स्कूल जांदा ते लेखक दी मां बहुत रोंदी सी ते उना कोल इन्ने पैसे नहीं से कि उनु इसलिए लेखक नु हर इच्छा नु पूरी करन कर सके ते इस मैम आवाज नहीं आ रही आपकी। हाँ ठीक है हर इच्छा नु पूरी करन ठीक है बेटा बोल। हाँ जी बेटा बोलो दित्य बोलो। हाँ जी बेटा मैम फिर कहाँ पे था? हाँ फिर इसलिए उसनु पढ़ने लिए पटियाले भेज दिता गया सी ते जदो जदो ओ आप जदो ओ पटियाले पढ़ने नहीं जान उसकी माँ उसनु देख के रोंदी सी। ओके दिव्यांशी ओके बेटा दिव्यांशी मैम लेखक दे दी आर्थिक स्थिति चंगी नहीं सी उसकी माँ उस नवे नवे कपड़े ते नवे नवे कपड़े ते खिलौने नहीं तो इस कारण रोंदी भी सी। उना दिया सारी इच्छावां पूरी करन ले यो अपनी बहुत कोशिश कर दी सी ते अपने प्रावा कोल मदद भी मांग दी सी। ऐसे उसने अपने मुंडे नो मामे मामे की सान चंगे की सान बेटा किड़ा काम कर दे सी चंगे की सान वो अपने भाई से वाहिकार 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 हाँ यस यस बोलो चंगे वाहिकार सान। हाँ जी बोल बेटा वाहिकार दा काम काम कर दे सन ते ओ काफी अमीर भी सन। हाँ हाँ ठीक है यस यस ऐसले ही उसने अपने मुंडे नू पटियाला अपने मामिया दे कोल पेज दिता। ओके वेरी गुड। लेखक दे परिवार दे मामे किस तरह मदद कर दे? लेखक दे मामे की लिखना है पहला लिखांगे चंगे वाहिकार सन उना दे किलो वन मार्क्स क्वेश्चन कराए ना 50 एकड़ जमीन सी चंगे अते नेक इंसान सन। लेखक दे घर दी आर्थिक हालत ठीक नहीं सी जदों लेखक की मां नूं लोड़ पैंदी उहदे मामे उहदी मदद करदे ठीक है की किस्सा करदे सी उहनूं कापियां किताबां लैके दिंदे लेखक नूं। इस तों इलावा उह जिहड़ा की है जिहड़ी गां जिहड़ी दुध है नहीं दिंदी सी जिहड़ी गां या दुध नहीं दिंदी सी उहदी थां ते दुध देण वाली गां जिहड़ी की है दे के चले जांदे सन। गुड नेक्स्ट क्वेश्चन है लेखक दे घर दी लीपा पोची सजावट का काम किता दुशहरे के सवेरे समय जो बेटा घर की लीपा पोची होंगी सी कदो किस तरह काम करते यस रेणुका रेणुका बेटा रेणुका हाँ यस अपरन बेटा अपरन यस मैम अपरन यस मैम अपरन यस मैम। हाँ जी बोलो बेटा। हाँ जी बोलो दशहरे तो पहला लेखक दे घर लिपा पोची दा काम शुरू हो जांदा और सारे रल मिल के काम करदे कंधा उत्ते पांडू दा परोला फिरदा ते फर्श नूं गारे नाल लिपिया जांदा। सारे ही इस काम विच मददगार हुंदे कोई गारे विच पानी रला रहा हुंदा दूजा कहीं नाल गोहा अते तूड़ी गारे विच रला रहा हुंदा
ਤੇ ਉਹਨਾਂ ਦਾ ਪਿਤਾ ਦਾ ਵੀ ਇਸ ਵਿੱਚ ਕਾਫੀ ਯੋਗਦਾਨ ਸੀ। ਉਹ ਬਾਜ਼ਾਰੋਂ ਚੰਗੀਆਂ ਚੰਗੀਆਂ ਤਸਵੀਰਾਂ ਲਿਆਉਂਦਾ ਤਾਂ ਕਿ ਕੰਧਾਂ ਉੱਤੇ ਟੰਗੀਆਂ ਜਾ ਸਕਣ। ਵੈਰੀ ਗੁੱਡ। ਯੈਸ ਰੇਨੂਕਾ ਬੇਟਾ, ਰੇਨੂਕਾ ਦੁਸਹਿਰੇ ਤੋਂ ਪਹਿਲਾਂ ਲੇਖਕ ਤੇ ਪਿੱਛੇ ਘਰ ਤੇ ਲਿਖੋ ਪੁੱਛ ਦਾ ਕੰਮ ਸ਼ੁਰੂ ਹੋ ਜਾਂਦਾ। ਉਸ ਕੰਮ ਵਿੱਚ ਸਾਰੇ ਮਦਦ ਕਰਦੇ ਸਨ। ਕੰਧਾਂ ਉੱਪਰ ਪਾਣੀ ਦਾ ਪੋਲਾ ਫਿਰਦਾ ਤੇ ਪਛਤਾਰੇ ਨਾਲ ਲਿਪਿਆ ਜਾਂਦਾ। ਹਰ ਕੋਈ ਇਸ ਕੰਮ ਵਿੱਚ ਮਦਦ ਕਰਦਾ ਸੀ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ ਤੇ ਦੂਜਾ ਕਹੀ ਨਾਲ ਗੋਹਾ ਤੇ ਤੂੜੀ ਗਾਰੇ ਵਿੱਚ ਜਲਾ ਰਿਹਾ ਹੁੰਦਾ। ਕਈ ਚੀਜ਼ਾਂ ਵਾਸਤੇ ਪਰੇ ਪਰੇ ਕਰ ਰਿਹਾ ਹੁੰਦਾ ਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਛ ਲਿਪਿਆ ਜਾਂਦਾ ਸੀ। ਘਰ ਦੀਆਂ ਛੱਤਾਂ ਨੂੰ, ਪਸ਼ੂਆਂ ਦੇ ਸਿੰਘਾਂ ਨੂੰ ਵੀ ਤੇਲ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਉਦੋਂ ਦੇ ਪਿਤਾ ਜੀ ਉਹ ਟੰਗਣ ਲਈ ਤਸਵੀਰਾਂ ਵੀ ਲੈ ਕੇ ਆਉਂਦੇ। ਦੁਸਹਿਰੇ ਤੋਂ ਪਹਿਲਾਂ ਜਿਹੜਾ ਕਿ ਘਰ ਦੇ ਵਿੱਚ ਸਾਫ ਸਫਾਈ ਦਾ ਕੰਮ ਜਿਹੜਾ ਸ਼ੁਰੂ ਹੋ ਜਾਂਦਾ। ਕੱਚੇ ਘਰ ਦੀਆਂ ਕੰਧਾਂ ਦੇ ਉੱਪਰ ਲੀਪਾ ਪੋਚੀ ਕੀਤੀ ਜਾਂਦੀ, ਫਿਰ ਪਾਂਡੂ ਦਾ ਪਰੋਲਾ ਫੇਰਿਆ ਜਾਂਦਾ। ਉਸ ਤੋਂ ਬਾਅਦ ਬੇਟਾ ਉਹਦੇ ਪਿਤਾ ਜੀ ਜਿਹੜੇ ਕਿ ਕੰਧਾਂ ਦੇ ਉੱਪਰ ਠੀਕ ਹੈ ਲਗਾਉਣ ਦੇ ਲਈ ਤਸਵੀਰਾਂ ਲੈ ਕੇ ਆਉਂਦੇ ਤੇ ਸਾਰਾ ਜਿਹੜਾ ਕੰਮ ਸੀ ਸਾਰੇ ਮਿਲ ਜੁਲ ਕੇ ਕਰਦੇ ਸਨ। ਠੀਕ ਹੈ, ਨੈਕਸਟ ਕੁਸ਼ਚਨ ਹੈ, ਔਖਾ ਕੰਮ ਨਪੇਰੇ ਚੜਨ ਵੇਲੇ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਸੀ? ਜਦੋਂ ਕੋਈ ਔਖਾ ਕੰਮ ਕਰਨਾ ਹੁੰਦਾ ਸੀ ਉਹਨੂੰ ਕੰਮ ਨੂੰ ਨਪੇਰੇ ਚੜਨ ਲਈ ਕੀ ਸੰਦੇਸ਼ ਦਿੰਦੀ ਸੀ ਜਦੋਂ ਉਹ ਕਹਿੰਦੇ ਸੀ ਨਹੀਂ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ? ਯੈਸ ਵੰਸ਼ਿਕਾ ਬੇਟਾ, ਵੰਸ਼ਿਕਾ ਕਿੰਨੇ ਕੁਸ਼ਚਨ ਕਰਵਾਏ? ਸਾਰੇ ਕੁਸ਼ਚਨ ਲੌਂਗ ਕੁਸ਼ਚਨ, ਹਰੇਕ ਕੁਸ਼ਚਨ ਆਂਸਰ ਕਮ ਸੇ ਕਮ 4-5 ਲਾਈਨਸ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ, ਲੌਂਗ ਕੁਸ਼ਚਨ ਹੈ, ਸ਼ੋਰਟ ਨਹੀਂ ਹੈ। 1-2 ਲਾਈਨਸ ਦੇ ਵਿੱਚ ਨਹੀਂ ਲਿਖਣਾ ਤੇ 1 ਮਾਰਕਸ ਕੁਸ਼ਚਨ ਸੀ ਪਹਿਲਾਂ ਹੀ ਕਰ ਚੁੱਕੇ ਹਾਂ। ਓਕੇ, ਇਹ ਤੱਕ ਕਲੀਅਰ ਹੈ ਬੇਟਾ ਸਾਰਿਆਂ ਨੂੰ ਕੁਸ਼ਚਨਸ? ਯੈਸ, ਅਗਰ ਕੋਈ ਡਾਊਟ ਹੋਵੇ ਕਿਸੇ ਕੁਸ਼ਚਨ ਦੇ ਵਿੱਚ ਦੈਨ ਪਲੀਜ਼ ਰੇਜ਼ ਯੋਰ ਹੈਂਡ ਬੇਟਾ।